ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਭਾਰਤ ਨੇ ਆਪਣੀ ਸਰਹੱਦ ਪਾਰ ਕਰਕੇ 3 ਹਵਾਈ ਹਮਲੇ ਕੀਤੇ ਹਨ। ਉਹ ਕਰਨਾਟਕ ਦੇ ਮੰਗਲੂਰ ਵਿੱਚ ਭਾਜਪਾ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਪਿਛਲੇ 5 ਸਾਲਾਂ ਵਿੱਚ 3 ਵਾਰ ਆਪਣੀ ਸਰਹੱਦ ਤੋਂ ਬਾਹਰ ਜਾ ਕੇ ਅਸੀਂ ਹਵਾਈ ਹਮਲਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਇੱਕ ਵਾਰ ਉੜੀ ਵਿੱਚ ਸਾਡੀ ਫੌਜ ਦੇ 17 ਜਵਾਨਾਂ ਤੇ ਰਾਤ ਨੂੰ ਪਾਕਿਸਤਾਨ ਦੀ ਧਰਤੀ ਤੋਂ ਆਏ ਅੱਤਵਾਦੀਆਂ ਨੇ ਕਾਇਰਾਨਾ ਹਮਲਾ ਕਰਕੇ ਉਹਨਾਂ ਦੀਆਂ ਜਾਨਾਂ ਲੈ ਲਈਆਂ। ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਦੂਸਰੀ ਏਅਰ ਸਟ੍ਰਾਈਕ ਪੁਲਵਾਮਾ ਹਮਲੇ ਤੋਂ ਬਾਅਦ ਹੋਈ ਹੈ। ਤੀਸਰੀ ਦੀ ਜਾਣਕਾਰੀ ਮੈਂ ਤੁਹਾਨੂੰ ਨਹੀਂ ਦਵਾਂਗਾ। ਜੋ ਹਮਸੇ ਨੰਬਰ ਪੁੱਛ ਰਹੇ ਹੈ ਕਿ ਕਿਤਨੇ ਲੋਕ ਮਾਰੇ ਗਏ, ਓਸਾਮਾ ਬਿਨ ਜੈਸੇ ਬੜੇ ਸਾਫਿਰ ਆਤੰਕਵਾਦੀਓਂ ਕੇ ਸਰਗਨਾ ਕੋ ਓਸਾਮਾ ਜੀ ਕਹਿਕਰ ਬੁਲਾਤੇ ਹੈ, ਹਾਫਿਜ਼ ਸਈਦ ਕੋ ਹਾਫਿਜ਼ ਜੀ ਕਹਿਕਰ ਬੁਲਾਤੇ ਹੈ। ਯਹ ਜੋ ਟਾਰਗੇਟਡ ਮਿਸ਼ਨ ਪਰ ਅਟੈਕ ਹੁਆ ਥਾ ਬਹਿਰਵਾਲੀਓ, ਸਦਮਾ ਐਸੇ ਹੀ ਲੋਕੋ ਕੋ ਪਹੁੰਚਾ ਹੋਗਾ और हिंदुस्तान किसी भी हिंदुस्तानी को सदमा नहीं पहुंचा होगा। मैं यह कहना चाहता हूं, आतंकवाद का सवाल है चाहे भारत के मान सम्मान स्वाभिमान का सवाल है, हिंदुस्तान के सारे राजनीतिक पार्टियों को सारी जनता को सारे भेदभाव को भुलाकर उसके खिलाफ एकजुट खड़ा होना चाहिए। और बहनों भाइयों, समय समय पर भारत ने यही काम और मैं यह भी बताना चाहता हूं कि बहनों भाइयों, पिछले 5 वर्षों में 3 बार अपनी सीमा के बाहर जाकर हम लोगों ने एयर स्ट्राइक कर कामयाबी हासिल की है। दो को तो मैं बताऊंगा, लेकिन एक को नहीं बताऊंगा।